ਤੁਸੀਂ ਮੇਰੀ ਕਬਰ ਘਟਾਓ। ਉਹਨਾਂ ਆਖਿਆ ਬਾਬਾ ਉਸ ਆਖਿਆ ਮੈਂ ਮਰਦਾ ਪਿਆ, ਤੁਸੀਂ ਮੇਰੇ ਆਖੇ ਲੱਗੋ ਜਿਵੇਂ ਮੈਂ ਤੁਹਾਨੂੰ ਆਉਂਦਾ ਪਿਆ। ਉਹਨਾਂ ਕਬਰ ਖਟਾਈ, ਉਹਨਾਂ ਆਖਿਆ ਜੀ ਬਾਬਾ ਜੀ ਕਬਰ ਖਟੀ ਗਈ। ਉਸ ਆਖਿਆ ਜਲਦੀ ਕਰੋ ਇੱਕ ਖਾਲੀ ਕੱਪ ਚਾਹ ਦਾ ਜਿਹੜਾ ਵਿੱਚ ਕਬਰ ਦੇ ਰੱਖਿਆ। ਉਹਨਾਂ ਆਖਿਆ ਬਾਬਾ ਚੰਗਾ ਭਲਾ ਤਾਂ ਬੋਲੇਂਦਾ। ਉਸ ਆਖਿਆ ਤੁਸੀਂ ਮੇਰੀ ਮੰਨੋ, ਮੈਨੂੰ ਜੀ ਪਤਾ ਮੈਂ ਮਰਦਾ ਪਿਆ। ਉਹਨਾਂ ਖਾਲੀ ਕੱਪ ਚਾਹ ਦਾ ਵਿੱਚ ਰੱਖਿਆ, ਚਾਹ ਦਾ ਕੱਪ ਰੱਖ ਪਿਆ ਨਾ ਖਾਲੀ, ਘਰ ਆਏ ਤੇ ਬੁੱਢੜਾ ਫੌਤ ਹੋਇਆ। ਉਹਨਾਂ ਆਖਿਆ ਲਾਇਆ ਬਈ ਮਰਦੀ ਬਾਕੀ ਸਾਹ ਚ ਬੋਲ ਗਿਆ, ਇਹਦੇ ਕਮਾਲਾਂ ਕਰ ਦਿੱਤੀਆਂ ਬੁੱਢੜਾ ਜੀ ਆ ਮਰ ਗਿਆ। ਉਹਨਾਂ ਥਾਲ ਦੁਆਓ ਸਾਡਾ ਪਿਓ ਮਰ ਗਿਆ, ਮੈਨੂੰ ਥਾੜਿਓ। ਜਦੋਂ ਉਹਨਾਂ ਕਬਰ ਦਫਨ ਕੀਤਾ ਨਾ, ਕਬਰ ਪੂਰ ਛੱਡਿਓ ਉਹਨੇ ਮਿੱਟੀਆਂ, ਪਤਾ ਨੀ ਹਜ਼ਾਰਾਂ ਮਾਣ ਮਿੱਟੀ ਆਏ। ਹੁਣ ਖਾਲ ਕੱਪ ਪਿਓ, ਫਿਰ ਰਿਸ਼ਤੇ ਆ ਗਏ ਦੋ। ਉਹਨਾਂ ਆਖੇ ਉੱਠੀ ਬਾਈ ਸਾਨੂੰ ਹਿਸਾਬ ਕਿਤਾਬ ਦੇ। ਬਿਲਕੁਲ ਜੀ, ਉਹ ਬੁੱਢੜਾ ਪਿਆ ਆਖੇ ਜਿਹੜੇ ਅੱਗੇ ਦੋ ਆਏ ਨਾ ਉਹਨਾਂ ਨੂੰ ਮੈਂ ਹਿਸਾਬ ਕਿਤਾਬ ਮੀਆਂ ਦੇ ਚੁੱਕਾ, ਤੁਸੀਂ ਮੋੜਾ ਆਏ ਖਲੇ। ਮਤਲਬ ਉੱਥੇ ਕੂੜ ਪਿਆ ਮਾਰੇ, ਉੱਥੇ ਕੂੜ ਪਿਆ ਮਾਰੇ। ਉਹਨਾਂ ਫਿਰਿਸ਼ਤਿਆਂ ਆ ਕੇ ਅੱਲਾਹ ਤਾਲਾ ਸਿਰਫ ਸਾਡੇ ਉੱਤੇ ਡਿਊਟੀ ਲਾਈ ਹੋਈ ਹੈ, ਦੁਆ ਹੈ ਹੀ ਕੋਈ ਨਾ। ਦੁਆ ਤਾਂ ਇਹ ਕੋਈ, ਬੁੱਢੜਾ ਪਿਆ ਆਖੇ ਮੈਂ ਬੱਗੀ ਦਾੜੀ ਨਾਲ ਕੂੜ ਪਿਆ ਮਰੇ ਨਾ, ਹੁਣ ਤਾਂ ਗਏ ਮੇਰੇ ਕੋਲ ਆ ਚਾਹ ਪੀ ਕੇ ਗਏ ਨਾ, ਵੇਖ ਕੱਪ ਖਾਲੀ ਹੋਇਆ ਪਿਆ। ਫਿਰਿਸ਼ਤੇ ਆਖੇ ਕਿਆ ਬਾਤ ਹੈ ਬਈ ਤੇਰੀ, ਚਲੋ ਅਸੀਂ ਮੰਨ ਜਾ ਵੀ ਹੈ ਬਈ ਆਏ, ਪਰ ਫਿਰਿਸ਼ਤੇ ਦੋ ਤੇ ਕੱਪ ਇੱਕ ਤੇ ਦੂਆ ਕੱਪ ਕੀ ਦੇ। ਉਹ ਤਾਂ ਕਿ ਦੂਏ ਨੂੰ ਸ਼ੂਗਰ ਆਈ, ਮੈਂ ਨਾ ਪੀਵਾਂ ਆ, ਮੈਂ ਤਾਂ ਕੀ ਕਰਾਂ, ਉਹ ਪੀਵੇ ਨਾ ਤਾਂ ਮੈਂ ਕਰਾਂ ਕੀ ਆ, ਦੂਏ ਨੂੰ ਤਾਂ ਸ਼ੂਗਰ। ਅੱਛਾ ਉਹ ਮਾਈ ਇੱਕ ਸਫ਼ਰ ਕਰਦੀ ਪਈ ਬੱਸ ਤੇ, ਉਹ ਬੱਚਾ ਨਾਲ ਆਏ, ਉਹ ਬੱਚਾ ਆਏ ਨਾ ਮਾਈ ਕੋਲ ਤੇ ਬੱਸ ਦੇ ਵਿੱਚ ਸਫ਼ਰ ਕੀਤਾ, ਬੱਸ ਅੱਡੇ ਚ ਖਲੀ ਆਈ, ਪਿਛਲੀ ਸੀਟ ਤੇ ਇੱਕ ਮੌਲਵੀ ਸਾਹਿਬ ਆਏ ਰਹੇ। ਅੱਛਾ ਕਨੈਕਟਰ ਘੰਟੀ ਦਿੱਤੀ, ਬਈ ਚਲੋ ਕਨੈਕਟਰ ਘੰਟੀ ਕਿਵੇਂ ਦਿੱਤੀ, ਚਲੋ ਚਲੋ। ਉਸ ਲਾਇਆ ਬੇਰ ਗੜਾਚ ਗੜਾਚ, ਜਦੋਂ ਆਦੀ ਤਾਈ ਬੱਸ ਗਈ ਨਾ, ਬੱਚਾ ਰਸਤੇ ਚ ਰੋ ਪਿਆ, ਪਿਛਲੀ ਸੀਟ ਤੇ ਮੌਲਵੀ ਸੁਣਦਾ ਹੁੰਦਾ, ਬੱਚਾ ਰੁਣਾ ਕਿਵੇਂ, ਅੰਮੀ ਮੈਨੂੰ ਥਾੜਿਆ, ਅੰਮੀ ਅੰਮੀ। ਉਸ ਮਾਂ ਉਹਨੂੰ ਆ ਕੇ ਚੁੱਪ ਕਰ, ਸਰੀ ਹਲਵੇ ਦੀ ਖਾਓ ਨਹੀਂ ਤੇ ਖਾ, ਸਹੀ ਗੱਲ ਨਹੀਂ ਤਾਂ ਪਿਛਲੀ ਸੀਟ ਤੇ ਮੌਲਵੀ ਬੈਠਾ ਹੈ, ਮੈਂ ਇੰਚ ਦੀ ਸਾਉ, ਮੌਲਵੀ ਤੇ ਸੀਟ ਤੂੰ ਚਮਿਆ ਬਈ ਹਲਵਾ ਡੀਂਦਾ ਪਿਆ। ਅੱਗੂ ਬਾਲ ਆਖਿਆ ਮੈਂ ਨਹੀਂ ਖਾਣਾ, ਪਰ ਅਦੇ ਨਹੀਂ ਤੇ ਦੇ ਤਾਂ ਮੈਂ ਨਹੀਂ ਖਾਣਾ। ਉਸ ਆਖਿਆ ਖਾਵਣਾ ਹੀ ਅਦੇ ਵਾ ਮੌਲਵੀ, ਤੈਨੂੰ ਪਿਆਣਾ ਦੇ ਤੇ ਪਰ ਮੈਂ ਨਹੀਂ ਖਾਣਾ। ਉਹਦੀ ਮਾਂ ਆਖਿਆ ਵੇ ਮੇਰਾ ਪੁੱਤਰ ਆਖਰੀ ਵਾਰ ਹੈ, ਇਹ ਹਲਵਾ ਖਾਵਣਾ ਹੀ ਅਦੇ ਵਾ ਮੌਲਵੀ ਨੂੰ, ਇਤਨੇ ਤਾਂ ਮੌਲਵੀ ਪਿਆ ਕਿਉਂ ਮੇਰੀ ਭੈਣ, ਕੋਈ ਫੈਸਲਾ ਮੁਕਾਈਨੇ ਤਾਂ ਮੁਕਾ, ਮੈਂ ਤਾਂ ਘਰ ਤੂੰ ਤਰਾ ਸਟਾ ਪੱਗਾਂ ਲੱਗ ਗਿਆ। ਅੱਛਾ ਉਹ ਅਯਾਲ ਕੇ ਬੰਨੀ ਹੋਈ ਬੱਕਰੀ ਨੂੰ ਕਿਉਂ ਕੁੱਟਿਆ ਬਾਈ? ਉਹ ਤਾਂ ਹੈ ਨਾ ਇੰਨੇ ਕਮਲੀ ਬਲਾ, ਆ ਬਈ ਦੋ ਬੱਕਰੀਆਂ ਸਰ ਹਾਂ ਨਾ ਰੱਖੀ, ਉਹ ਤੇ ਇੱਕ ਛੁੱਟ ਗਈ ਉਸ। ਅੱਛਾ ਜਿਹੜੀ ਛੁੱਟ ਗਈ ਉਸ ਤੋਂ ਮਗਰ ਸੋਟਾ ਚਾ ਕੇ ਭੱਜ ਪਈ ਬੱਕਰੀ ਵੀ ਨਾ ਫਦੇ ਜੀ, ਜੱਟ ਥੌਕ ਗਿਆ ਤਰਾ ਮੀਲ ਜੋ ਉਸ ਭਜਾਇਆ, ਅਖੀਰੀ ਥੱਕ ਤੇ ਆ ਡੱਠਣ ਆਪ ਦੇ ਘਰ, ਅੱਧਾ ਘੰਟਾ ਸਾਹ ਕੱਢ ਉਸ ਹਾਲਿਓ ਹਾਲਿਓ, ਮੈਂ ਕਿੱਡੀ ਗਲਤੀ ਕੀਤੀ ਹੈ ਬੱਕਰੀਆਂ ਰੱਖ ਤੇ, ਯਸ ਸਾਹ ਲੈ ਲਿਓ ਉਸ ਨਾ ਮੁੜ ਸੋਟਾ ਚਾਲ ਜਿਹੜੀ ਬੱਧੀ ਖਲੀ ਆਈ ਉਹਨੂੰ ਸ਼ੁਰੂ, ਬੱਧੀ ਉਹ ਸ਼ੁਰੂ ਹੋ ਗਿਆ ਸੋਟਿਆਂ ਦਾ। ਇੱਕ ਬੰਦਾ ਹੋਰ ਬਾਜ ਤੇ ਆਇਆ, ਉਹ ਤਾਂ ਕਹਿ ਆ ਕਰ ਵੀ ਜਿਹੜੀ ਬਾਜ ਗਈ ਉਹਨੂੰ ਮਾਰਿਆ ਨੂੰ ਤੇ ਜਿਹੜੀ ਛੋਦੀ ਬੱਧੀ ਖਲੀ ਉਹਨੂੰ ਫਾਟੀ ਵਜ ਨਾ, ਅੱਗੋ ਪਿਆਖੇ ਬਕਵਾਸ ਨਾ ਕਰ, ਜਦੋਂ ਇਹ ਛੁੱਟ ਜਾਵੇ ਇਹ ਵੀ ਮੈਨੂੰ ਇਹ ਵਜੇਗੀ। ਬਾਬਾ ਬੜਾ ਤੇ
ਸੱਚਾ ਕਦਾ।